ਸਸਿਕਾ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਇੱਕ ਪਬਲਿਕ ਨੋਟਿਸ ਅਪਲੋਡ ਕੀਤਾ ਗਿਆ ਹੈ educationrecruitmentboard.com ਦੀ ਵੈਬਸਾਈਟ ਤੇ ਜੋ ਅੱਜ ਦੀ ਡੇਟ ਦੇ ਵਿੱਚ 30 ਅਪ੍ਰੈਲ 2021 ਦਾ ਪਬਲਿਕ ਨੋਟਿਸ ਹੈ ਜੋ ਕਿ ਬੈਕਲੌਗ ਦੀਆਂ ਜੋ ਅਸਾਮੀਆਂ ਸਾਇੰਸ ਅੰਗਰੇਜ਼ੀ ਮੈਥ ਦੀਆਂ ਅਤੇ ਇੰਗਲਿਸ਼ ਦੀਆਂ ਨਵੀਆਂ ਅਸਾਮੀਆਂ ਕੱਢੀਆਂ ਗਈਆਂ ਸੀ ਉਸ ਦੇ ਸਬੰਧਿਤ ਇਸ ਨੋਟਿਸ ਨੂੰ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜ਼ਰੂਰ ਕਰਨਾ ਤੁਸੀਂ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਪਬਲਿਕ ਨੋਟਿਸ ਕਰਕਰ ਰੋਜ਼ਗਾਰ ਯੋਜਨਾ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕੈਡਰ ਬਾਰਡਰ ਏਰੀਆ ਵਿੱਚ ਸਾਇੰਸ ਵਿਸ਼ੇ ਦੀਆਂ 518 ਅੰਗਰੇਜ਼ੀ ਦੀਆਂ 380 ਮੈਥ ਦੀਆਂ 595 ਬੈਕਲੋਗ ਦੀਆਂ ਕੁੱਲ ਅਸਾਮੀਆਂ ਐਸੀ 1493 ਜਿਨ੍ਹਾਂ ਵਿੱਚੋਂ ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰ ਪਾਸੋਂ ਵਿਭਾਗ ਦੀ ਵੈੱਬਸਾਈਟ ਤੇ www.educationequipmentboard.com ਤੇ ਆਨਲਾਈਨ ਤਰਖਾਸਤਾਂ ਦੀ ਮੰਗ ਮਿਤੀ 1 ਮਈ 1 ਮਈ 2021 ਤੱਕ ਕੀਤੀ ਗਈ ਸੀ। ਪਰੰਤੂ ਵਿਭਾਗ ਦੀ ਵੈਬਸਾਈਟ ਤੇ ਕੁਝ ਤਕਨੀਕੀ ਖਾਮੀਆਂ ਕਰਕੇ ਉਮੀਦਵਾਰ ਵੱਲੋਂ ਕਈ ਦਿਨਾਂ ਤੱਕ ਆਨਲਾਈਨ ਅਪਲਾਈ ਨਹੀਂ ਕੀਤਾ ਜਾ ਸਕਿਆ ਇਸ ਕਾਰਨ ਹੋਣ ਉਕਤ ਪ੍ਰਤੀਆਂ ਵਿੱਚ ਅਪਲਾਈ ਕਰਨ ਦੀ ਮਿਤੀ 17 ਮਈ 2021 ਤੱਕ ਵਾਦਾ ਦਿੱਤੀ ਜਾਂ ਕਿ 17 ਮਈ 2021 ਤੱਕ ਦਾ ਵਾਅਦਾ ਕੀਤਾ ਜਾਂਦਾ ਹੈ ਜਿਸ ਦੀ ਡੇਟ ਪਹਿਲਾਂ ਸੀ 1 ਮਈ 2021 ਲਾਸਟ ਡੇਟ ਸੀ ਹੁਣ ਵਿਭਾਗ ਵੱਲੋਂ ਇਸ ਨੂੰ ਵਧਾ ਕੇ 17 ਮਈ 2021 ਤੱਕ ਇਸ ਦੀ ਜਿਹੜੀ ਡੇਟ ਹੈ ਵਧਾ ਦਿੱਤੀ ਗਈ ਹੈ ਬਾਕੀ ਸ਼ਰਤਾਂ ਅਤੇ ਬਾਨਾ ਯਾਨੀ ਕਿ ਟਰਮ ਐਂਡ ਕੰਡੀਸ਼ਨ ਜੋ ਪਹਿਲਾਂ ਸੀ ਉਹ ਸੇਮ ਹੈ ਟਰਮ ਐਂਡ ਕੰਡੀਸ਼ਨ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਵਿਗਿਆਪਨ ਅਨੁਸਾਰ ਹੀ ਹੋਣਗੀਆਂ ਜੋ ਸ਼ਰਤਾਂ ਪਹਿਲੀਆਂ ਸੀ ਉਹ ਪਹਿਲੀਆਂ ਹੀ ਰਹਿਣਗੀਆਂ ਸਿਰਫ ਅਪਲਾਈ ਕਰਨ ਦੀ ਡੇਡ ਦੇ ਵਿੱਚ ਵਾਧਾ ਗਿਆ ਹੈ ਜਿਹੜੇ ਕੈਂਡੀਡੇਟ ਇਸ ਨੂੰ ਅਜੇ ਤੱਕ ਅਪਲਾਈ ਨਹੀਂ ਕਰ ਸਕੇ ਉਹ ਕੈਂਡੀਡੇਟ ਹੁਣ 17 ਮਈ ਤੱਕ ਅਪਲਾਈ ਕਰ ਸਕਦੇ ਹੈ ਤੋਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਵੀਡੀਓ ਨੂੰ ਲਾਈਕ ਔਰ ਸ਼ੇਅਰ ਜੂ ਕਰਨਾ ਹੈ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ ਹਿੰਦ